ਹਾਂਜੀ, ਇੱਕ ਵਾਰ ਫਿਰ ਸਵਾਗਤ। ਤੁਸੀਂ ਜੁੜ ਚੁੱਕੇ ਹੋ ਲੀਡਸ ਲਰਨ ਵਿਦ ਗੁਰਪਾਲ ਸਰ ਦੇ ਨਾਲ, ਅਤੇ ਗੱਲ ਕਰਾਂਗੇ ਪੰਜਾਬ ਪ੍ਰੋਫੈਸਰ ਭਰਤੀ 2024 ਦੀ। 646 ਪੋਸਟ ਹੈ ਜਿਸ ਦੇ ਉੱਪਰ ਪੰਜਾਬ ਦੇ ਵਿੱਚ ਇੱਕ ਨਵੀਂ ਅਪਡੇਟ, ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆਈ ਹੈ। ਨੋਟੀਫਿਕੇਸ਼ਨ ਵੀ ਇਸ ਦਾ ਜੋ ਹੈ ਉਸ ਦੇ ਬਾਰੇ ਵੀ ਆਪਾਂ ਜਾਣਕਾਰੀ ਦੇਵਾਂਗੇ। ਸੋ ਜੇਕਰ ਪਹਿਲੀ ਵਾਰੀ ਚੈਨਲ 'ਤੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਅਤੇ ਇਸ ਦੇ ਨਾਲ ਹੀ ਇੱਕ ਹੋਰ ਵੱਡੀ ਜਾਣਕਾਰੀ ਹੈ ਤੁਹਾਡੇ ਲਈ। ਹਾਂਜੀ, ਜਾਣਕਾਰੀ ਹੈ ਕਿ ਆਪਣੀ ਜੋ ਐਜੂਕੇਸ਼ਨਲ ਐਪ ਹੈ ਉਹ ਰੈਡੀ ਹੋ ਚੁੱਕੀ ਹੈ, ਬਣ ਕੇ ਪਲੇ ਸਟੋਰ ਦੇ ਉੱਤੇ ਆ ਚੁੱਕੀ ਹੈ। ਸੋ ਪਲੇ ਸਟੋਰ ਦੇ ਉੱਪਰ ਜਾ ਕੇ ਤੁਸੀਂ ਐਡੂ ਮਿੱਤਰ ਕਲਾਸਿਸ ਸਰਚ ਕਰਨਾ ਹੈ ਅਤੇ ਉਸਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਲੈਣਾ। ਇਸ ਐਪ ਦੇ ਉੱਪਰ ਤੁਹਾਨੂੰ ਜੋ ਟੈਸਟ ਸੀਰੀਜ਼ ਹੈ ਬਹੁਤ ਹੀ ਘੱਟ ਰੇਟਾਂ ਦੇ ਉੱਤੇ, ਬਹੁਤ ਹੀ ਵੱਡੀ ਜੋ ਗਿਣਤੀ ਹੈ ਉਸ ਦੇ ਵਿੱਚ ਤੁਹਾਨੂੰ ਟੈਸਟ ਮਿਲਣਗੇ, ਜਿਵੇਂ ਕਿ 100-200 ਟੈਸਟ, 400 ਟੈਸਟ, 500 ਟੈਸਟ ਤੱਕ ਆ ਜਿਹੜੇ ਉਹ ਇਸ ਦੇ ਵਿੱਚ ਤੁਹਾਨੂੰ ਮਿਲਣਗੇ ਸਾਰੇ ਹੀ ਪੇਪਰਾਂ ਦੇ ਲਈ। ਭਾਵੇਂ ਪੰਜਾਬ ਪੁਲਿਸ ਹੈ, ਭਾਵੇਂ ਲੈਕਚਰਰ ਹੈ, ਭਾਵੇਂ ਮਾਸਟਰ ਕੇਡਰ ਹੈ, ਭਾਵੇਂ PS ਟੈਟ ਹੈ, ਭਾਵੇਂ ਪਟਵਾਰੀ ਹੈ, ਭਾਵੇਂ ਕੋਂਬੋ ਹੈ, UGC ਨੈੱਟ ਹੈ, ਸਾਰਿਆਂ ਦੇ ਲਈ ਤੁਹਾਨੂੰ ਇੱਥੇ ਜੋ ਟੈਸਟ ਸੀਰੀਜ਼ ਹੈ ਉਹ ਮਿਲ ਜਾਣਗੀਆਂ। ਸੋ ਟਰਾਈ ਜ਼ਰੂਰ ਕਰਨਾ ਅਤੇ ਜਾ ਕੇ ਰਜਿਸਟਰ ਇੱਥੇ ਜ਼ਰੂਰ ਕਰਨਾ, ਡਾਊਨਲੋਡ ਜ਼ਰੂਰ ਕਰਨਾ। ਅਤੇ ਹਾਂਜੀ, ਜੇਕਰ ਆਪਾਂ ਗੱਲ ਕਰੀਏ ਸਕੂਲਾਂ ਕਾਲਜਾਂ ਦੇ ਵਿੱਚ ਸਟਾਫ ਦੇ ਸੰਬੰਧੀ, ਹਰਜੋਤ ਬੈਂਸ ਨੇ ਵੱਡਾ ਐਲਾਨ ਕੀਤਾ। ਸਰਕਾਰੀ ਕਾਲਜਾਂ ਦੇ ਵਿੱਚ 646 ਪ੍ਰੋਫੈਸਰਾਂ ਦੀ ਭਰਤੀ ਜਲਦ ਹੀ ਕੀਤੀ ਜਾਵੇਗੀ। ਇਹ ਬਿਆਨ ਲਾਈਵ ਕਾਨਫਰੰਸ ਦੇ ਵਿੱਚ ਹਰਜੋਤ ਸਿੰਘ ਬੈਂਸ ਦੇ ਵੱਲੋਂ, ਜੋ ਕਿ ਸਿੱਖਿਆ ਮੰਤਰੀ ਹੈ, ਉਹਨਾਂ ਦੇ ਵੱਲੋਂ ਦਿੱਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ 3-4 ਮਹੀਨਿਆਂ ਦੇ ਸਮੇਂ ਦੇ ਦੌਰਾਨ ਨਵੇਂ ਐਮੀਨਸ ਸਕੂਲ ਵੀ ਖੋਲ੍ਹੇ ਜਾਣਗੇ, ਜਿਸ ਸੰਬੰਧੀ ਵੀ ਹੋਰ ਭਰਤੀਆਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਅਤੇ ਨਵੇਂ ਰੁਜ਼ਗਾਰ ਦੇ ਮੌਕੇ ਵੀ ਜੋ ਤਿਆਰ ਕੀਤੇ ਜਾਣਗੇ। ਅਤੇ 646 ਦੀ ਭਰਤੀ ਨੂੰ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਲਦੀ ਹੀ ਇੱਥੇ ਪ੍ਰੋਫੈਸਰਾਂ ਦੀ ਭਰਤੀ ਨੂੰ ਕੰਪਲੀਟ ਕਰਨ ਜਾ ਰਹੇ ਹਾਂ, ਅਤੇ ਇਸ ਸੰਬੰਧੀ ਪਹਿਲਾਂ ਵੀ ਕਾਫੀ ਅਪਡੇਟਸ ਆ ਜਿਹੜੀਆਂ ਉਹ ਆ ਚੁੱਕੀਆਂ। ਅਤੇ ਜੇਕਰ ਇੱਕ ਵਾਰ ਫਿਰ ਸਿੱਖਿਆ ਵਿਭਾਗ ਇਸ ਦੇ ਉੱਪਰ ਐਕਟਿਵ ਹੋ ਰਿਹਾ, ਤਾਂ ਆਉਣ ਵਾਲੇ 2-3 ਮਹੀਨੇ ਜੋ ਹੈ ਅਗਸਤ, ਸਤੰਬਰ, ਅਕਤੂਬਰ ਦੇ ਆਸ ਪਾਸ ਹੈ ਜਿਹੜਾ ਉਹ ਇਸਦਾ ਨੋਟੀਫਿਕੇਸ਼ਨ ਔਰ ਐਗਜ਼ਾਮ ਹੈ ਜਿਹੜਾ ਉਹ ਆ ਸਕਦਾ। ਸੋ ਇਸ ਦੀ ਤਿਆਰੀ ਕਰਨ ਲਈ ਚੈਨਲ ਦੇ ਨਾਲ ਬਣੇ ਰਹਿਣਾ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਇਸ ਤੋਂ ਪਹਿਲਾਂ ਪੋਲੀਟੀਕਲ ਸਾਇੰਸ ਦੀਆਂ ਕਾਫੀ ਕਲਾਸਾਂ, ਹਿਸਟਰੀ ਦੀਆਂ ਕਾਫੀ ਕਲਾਸਾਂ ਜਿਹੜੀਆਂ ਉਹ ਆ ਚੁੱਕੀਆਂ ਨੇ, ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਅਤੇ ਇਸ ਤੋਂ ਬਾਅਦ ਹੁਣ ਆਪਾਂ ਕੁਝ ਪੇਡ ਕੋਰਸ ਵੀ ਸ਼ੁਰੂ ਕਰਾਂਗੇ ਜੋ ਕਿ ਆਪਣੀ ਐਪ ਦੇ ਉੱਪਰ ਮਿਲਣਗੇ। ਟੈਸਟ ਸੀਰੀਜ਼ ਉੱਥੇ ਤੁਹਾਨੂੰ ਮਿਲ ਜਾਣਗੀਆਂ, ਐਪ ਨੂੰ ਜਾ ਕੇ ਜ਼ਰੂਰ ਟਰਾਈ ਕਰਨਾ, ਡਾਊਨਲੋਡ ਕਰਨਾ। ਮਿਲਦੇ ਹਾਂ ਕਿਸੇ ਹੋਰ ਐਜੂਕੇਸ਼ਨਲ ਅਪਡੇਟ ਔਰ ਐਜੂਕੇਸ਼ਨਲ ਵੀਡੀਓ ਦੇ ਨਾਲ। ਹੁਣ ਲਈ ਇੰਨਾ ਹੀ, ਧੰਨਵਾਦ।